ਬੀਤੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਅਤੇ 11 ਮਾਰਚ ਨੂੰ ਆਏ ਚੋਣ ਨਤੀਜਿਆਂ ਨੇ ਪੰਜਾਬ ਦੇ ਲੋਕਾਂ ਵਿੱਚ ਮੁੜ ਤੋਂ ਨਵੀਂ ਆਸ ਦੀ ਰੂਹ ਭੁੱਕ ਦਿੱਤੀ ਹੈ। ਅਜਿਹਾ ਹੀ ਕੁਝ ਹਾਲ ਮੋਗਾ ਦਾ ਵੀ ਲੱਗਦਾ ਹੈ। ਪਿਛਲੇ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਲੋਕਾਂ ਦੇ ਦਿਲਾਂ ਦੀ ਆਸ ਹਲਕਾ ਮੋਗਾ ਤੋਂ ਡਾਕਟਰ ਹਰਜੋਤ ਕਮਲ ਦੀ ਜਿੱਤ ਨਾਲ ਹੀ ਵੱਜਣੀ ਸ਼ੁਰੂ ਹੋ ਗਈ। ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਇਤਿਹਾਸਿਕ ਜਿੱਤ ਅਤੇ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਡਾਕਟਰ ਹਰਜੋਤ ਕਮਲ ਦੀ ਜਿੱਤ ਦਾ ਐਲਾਨ ਤੋਂ ਬਾਅਦ ਆਪਣੀ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੇ ਨਾਲ ਮੋਗਾ ਦੇ ਹਰ ਸ਼ਹਿਰ, ਗਲੀ, ਮੁਹੱਲੇ, ਮੁੱਖ ਬਾਜ਼ਾਰਾਂ ਵਿੱਚੋਂ ਧੰਨਵਾਦ ਦੀ ਯਾਤਰਾ ਕੱਢੀ ਅਤੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ। ਨਿਊਜ਼ ਟਾਈਮ ਪੰਜਾਬ ਦੀ ਟੀਮ ਨਾਲ ਗੱਲ ਕਰਦਿਆਂ ਹਲਕਾ ਮੋਗਾ ਤੋਂ ਕਾਂਗਰਸ ਪਾਰਟੀ ਦੇ ਜੇਤੂ ਨੇਤਾ ਡਾਕਟਰ ਹਰਜੋਤ ਕਮਲ ਨੇ ਕਿਹਾ ਕਿ ਮੈਂ ਪਿਛਲੇ ਕਈ ਸਾਲਾਂ ਤੋਂ ਹਲਕਾ ਮੋਗਾ ਦੀ ਸੇਵਾ ਕਰਨਾ ਚਾਹੁੰਦਾ ਸੀ, ਹੁਣ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਸਮਾਂ ਆ ਗਿਆ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕਿਸੇ ਨੂੰ ਵੀ ਨਿਰਾਸ਼ ਹੋਣ ਦੀ ਲੋੜ ਨਹੀਂ। ਅੱਜ ਵਾਲਾ ਜਿਹੜਾ ਹੈ ਇਹਦਾ ਨਾਂ ਸੀ ਧੰਨਵਾਦੀ ਦੌਰਾ ਹੀ ਰੱਖਿਆ। ਮੋਗੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਔਰ ਉਹਨਾਂ ਦੇ ਪਿਆਰ ਦੀ ਬਦੌਲਤ ਜਿਹੜਾ ਮੋਗਾ ਕੰਸਟੀਚੁਐਂਸੀ ਤੋਂ ਕਾਂਗਰਸ ਹੈ ਉਹ ਜਿੱਤੀ ਹੈ ਔਰ ਇਹ ਮੋਗੇ ਵਾਲਿਆਂ ਦੀ ਇਹ ਬਹੁਤ ਵੱਡੀ ਦੇਣ ਆ ਕਿ ਇਸ ਵਾਰ ਉਹਨਾਂ ਦੀ ਖੁਸ਼ਕਿਸਮਤੀ ਵੀ ਹੈ। ਅੱਗੇ ਬਹੁਤ ਸਾਲਾਂ ਤੋਂ ਇਵੇਂ ਚੱਲਿਆ ਆਉਂਦਾ ਕਿ ਸਰਕਾਰ ਦੇ ਉਲਟ ਇਹਨਾਂ ਦਾ MLA ਬਣਦਾ ਰਿਹਾ ਔਰ ਇਸ ਕਰਕੇ ਡਿਵੈਲਪਮੈਂਟ ਹੁੰਦੀ ਨਹੀਂ ਰਹੀ ਅਤੇ ਇਸ ਵਾਰੀ ਸਰਕਾਰ ਵੀ ਕਾਂਗਰਸ ਦੀ ਹੈ ਔਰ ਇਹਨਾਂ ਦਾ MLA ਵੀ ਇਹਨਾਂ ਨੇ ਕਾਂਗਰਸ ਤੋਂ ਬਣਾ ਲਿਆ ਅਤੇ ਮੈਂ ਇਹਨਾਂ ਨਾਲ ਵਚਨਬੱਧ ਵੀ ਹਾਂ ਅਤੇ ਮੈਨੂੰ ਸ਼ੌਕ ਵੀ ਹੈ ਡਿਵੈਲਪਮੈਂਟ ਦਾ ਔਰ ਕੰਮ ਕਰਨ ਦਾ ਔਰ ਆਪਣੇ ਲੋਕਾਂ 'ਚ ਰਹਿਣ ਦਾ। ਮੇਰੇ 'ਤੇ ਕਿਰਪਾ ਬਹੁਤ ਹੈ ਉਸ ਉੱਪਰ ਵਾਲੇ ਪਰਵਰਕਾਰ ਦੀ ਅਤੇ ਮੈਂ ਫਿਰ ਅਰਦਾਸ ਕਰਦਾ ਕਿ ਮੈਨੂੰ ਬਲ, ਸੱਤ, ਬੁੱਧੀ ਮੌਕੇ ਦੇਵੇ ਪਰਮਾਤਮਾ, ਮੈਂ ਮੋਗੇ ਵਾਲਿਆਂ ਦੀਆਂ ਆਸਾਂ 'ਤੇ ਪੂਰਾ ਉਤਰ ਸਕਾਂ। ਅੱਜ ਅਸੀਂ ਸਿਰਫ ਸਾਡੇ ਆਪਣੇ ਲੋਕਾਂ ਦਾ ਧੰਨਵਾਦ ਹੀ ਕਰਨ ਚੱਲੇ ਹਾਂ ਕਿ ਉਹਨਾਂ ਦੇ ਪਿਆਰ ਅਤੇ ਉਹਨਾਂ ਦੀ ਸਪੋਰਟ ਦੇ ਨਾਲ ਸਰਕਾਰ ਵੀ ਬਣੀ ਔਰ ਉਹਨਾਂ ਦਾ MLA ਵੀ ਬਣਿਆ। ਡਾਕਟਰ ਹਰਜੋਤ ਕਮਲ। ਨਿਊਜ਼ ਡੈਸਕ ਤੋਂ ਗੋਪਾਲ ਆਨੰਦ ਦੇ ਨਾਲ ਗੁਰਚਰਨ ਸੰਘਾ, ਨਿਊਜ਼ ਟਾਈਮ ਪੰਜਾਬ, ਮੋਗਾ।